ਹਾਂਜੀ ਭਾਈ ਆਪਣੇ ਖੇਤ ਚ ਕਿਸਾਨਾਂ ਦੇ ਖੇਤ ਚ ਇੱਕ ਦੋ ਬੂਟੇ ਨਿੰਬੂ ਦੇ ਜ਼ਰੂਰ ਲੱਗੇ ਹੁੰਦੇ ਐ। ਜਾਂ ਮਤਲਬ ਕਿ ਮੌਸਮੀ ਆਂਦੀ ਲਾ ਲਓ ਪਰ ਫਲ ਨਹੀਂ ਚਾਹਦੇ ਹੁੰਦੇ ਫਲ ਬਹੁਤ ਘੱਟ ਚਾਹਦੇ ਜਾਂ ਫਲ ਕਿਰ ਜਾਂਦਾ। ਅੱਜ ਦੇਸੀ ਤਰੀਕਾ ਦੱਸੂਆਂ ਭਾਈ ਜੇ ਨਾ ਕੰਮ ਕਰਿਆ ਆ ਚੀਜ਼ ਦੀ ਜ਼ਿੰਮੇਵਾਰੀ ਐ 5 ਤੋਂ 10 ਰੁਪਈਆ ਚ ਲਾ ਲਓ ਜਾਂ ਮਤਲਬ 20 ਰੁਪਈਆ ਲਾ ਲਓ ਸਿਰ ਆ ਵੀ ਇੰਨਾ ਖਰਚ ਆਊਗਾ। ਫਲ ਦੁੱਗਣਾ ਲੱਗੂਗਾ ਫਲ ਕਦੇ ਵੀ ਝੜੂਗਾ ਨਹੀਂ ਆ ਚੀਜ਼ ਦੀ ਜ਼ਿੰਮੇਵਾਰੀ ਐ। ਅੱਜ ਤੁਹਾਨੂੰ ਬੂਟਾ ਦਿਖਾਉਣਾ। ਇਹ ਚ ਵੀ ਬਹੁਤ ਕਮੀਆਂ ਨੇ ਇਹ ਆਪਣੇ ਭਰਾ ਦਾ। ਫਵੀ ਦਾ ਹੈ। ਆਪਾਂ ਦੇਖਣਾ ਸੀ ਸਪੈਸ਼ਲ ਉਹ ਕਹਿੰਦਾ ਸੀ ਫਲ ਨਹੀਂ ਲੱਗਦਾ ਦਿੱ ਤੇ ਹੁਣ ਦੇਖ ਲੋ ਬਈ ਤੇ ਫਲ ਪਹਿਲੀ ਵਾਰ ਕਿਵੇਂ ਲੱਗੂਗਾ ਇਹਦੀ ਕਟਿੰਗ ਨਹੀਂ ਹੁੰਦੀ ਪਹਿਲੀ ਵਾਰ ਤਾਂ ਕਟਿੰਗ ਹੋਵੇ ਬੂਟੇ ਦੀ ਫਲ ਦੁੱਗਣਾ ਲੱਗੂਗਾ ਕਟਿੰਗ ਆਏ ਸਾਲ ਕਟਿੰਗ ਕਰੋ ਦੂਜੀ ਗੱਲ ਬਈ ਆਪਣੇ ਸਾਰੋਂ ਵੱਡੀ ਕਮੀ ਹੁੰਦੀ ਹੈ ਮਤਲਬ ਦੇਸੀ ਲਾਲੂ ਆਪਣੇ ਪਿੰਡਾਂ ਵਾਲੇ ਦੇਸੀ ਹੁੰਦੇ ਨੇ ਹੁਣ ਜਿਵੇਂ ਬੂਟਾ ਲਏ ਆਪਾਂ ਇੱਥੇ ਆਪਾਂ ਬੱਟਰ ਤੇ ਲਾਦ ਹੁਣ ਸਭ ਨਾਲ ਵੱਡੀ ਕਿਹਨੇ ਖਾਲ ਲੱਗਦਾ ਰੋ ਬਈ ਪਾਣੀ ਲੱਗਦਾ ਇਹਨੂੰ ਪਾਣੀ ਕਿਸੇ ਟਾਈਮ 'ਚ ਘੱਟ ਵੀ ਚਾਹੀਦਾ ਹੁੰਦਾ ਕਿਸੇ ਟਾਈਮ 'ਚ ਵੱਧ ਵੀ ਚਾਹੀਦਾ ਹੁੰਦਾ ਹੁਣ ਇਹਨੂੰ ਪਾਣੀ ਫੁੱਲ ਲੱਗ ਰਿਹਾ ਹੁਣ ਮਤਲਬ ਲੋਡ ਨਹੀਂ ਪਹਿਲਾਂ ਲੋਡ ਸੀ ਉਦੋਂ ਕੀਤਾ ਪਾਣੀ ਘੱਟ ਲੱਗਦਾ ਵੀ ਐ ਚੱਕਰ ਹੈ ਹੁਣ ਸਪਰੇਹਾਂ ਵਜਦੀਆਂ ਝੋਨੇ ਤੇ ਇਹਦੇ ਸਪਰੇਹ ਵੱਜੀ ਹੋਈ ਆ ਦੇਖਿਓ ਕਿਵੇਂ ਹੋ ਰਹੇ ਨੇ ਪੱਤੇ ਆ ਦੇਖ ਲਓ ਪੱਤੇ ਵੀ ਕਿਵੇਂ ਹੋ ਰਹੇ ਨੇ ਇਹਦੇ ਆ ਜਿਹੜਾ ਜਾਲਾ ਬਣ ਲਿਆ ਇਹ ਕਟਿੰਗ ਕਰਕੇ ਵੀ ਕਟਿੰਗ ਨਹੀਂ ਹੁੰਦੀ ਦੀ ਸਹੀ ਨਾ ਬਾਕੀ ਅਮਰੂਦ ਦੇ ਵਿੱਚ ਹੀ ਫਸ ਰਹੇ ਅਮਰੂਦ ਦਾ ਬੂਟਾ ਵੀ ਨਾਲ ਹੋ ਗਿਆ ਵਿੱਚ ਇਹਦਾ ਨਿੰਬੂਆਂ ਦਾ ਬੂਟਾ ਹੋ ਗਿਆ ਫਲ ਤਾਂ ਹੈਗੇ ਤੇ ਬਾਈ ਪਰ ਫਲ ਬਹੁਤ ਘੱਟ ਹੈ ਜਿੰਨਾ ਇਹ ਤੇ ਹੋ तरीका ਆਪਾਂ ਦੱਸਾਂਗੇ ਦੇਸੀ ਪਰ ਇਹਦੀ ਪਹਿਲਾਂ ਜਿਵੇਂ ਜੇ ਇਹ ਹਾਲਤ ਤਾਂ ਉਹਦੀ ਕਟਿੰਗ ਦਾ ਕਰਨੀ ਪਊ ਮਿੱਤਰੋ ਕਟਿੰਗ ਤੋਂ ਬਿਨਾ ਫਿਰ ਹੱਲ ਨਹੀਂ ਹੁੰਦਾ ਪਰ ਕੰਮ ਉਦੋਂ ਕਰਨਾ ਜਦੋਂ ਫਲ ਚੱਕਰ ਹੁਣ ਜਿਵੇਂ ਦੇਖੀਓ ਇਹ ਇੱਥੇ ਫਲ ਤੇ ਆ ਗਿਆ ਕਿਤੇ ਆ ਡਾਣੀ ਪਰੀ ਹੋਣੀ ਚਾਹੀਦੀ ਸੀ ਜਦੋਂ ਇਹ ਫੁੱਲਾਂ ਤੇ ਆ ਜਾਂਦਾ ਉਦੋਂ ਫੁੱਲ ਝੜ ਜਾਂਦੇ ਐ ਜਾਂ ਮਤਲਬ ਕਿ ਫੁੱਲ ਘਾਟ ਹੀ ਲੱਗਦੇ ਨੇ ਫਾਲੀ ਘਟ ਚੱਕਦਾ ਪੌਦਾ ਉਹ ਚੀਜ਼ ਦਾ ਹੱਲ ਹੈਗੇ ਆਪਾਂ ਦੇਸੀ ਹੱਲ ਦੱਸਾਂਗੇ ਤੁਸੀਂ ਕੀ ਕਰਨਾ ਹੈ ਬਾਈ ਜਿਵੇਂ ਹੁਣ ਇਹਦੇ ਆਪਾਂ ਨੂੰ ਕਟਿੰਗ ਕਰਨੀ ਪੋਏ ਪਹਿਲਾਂ ਇਹ ਤਾਂ ਜੇ ਤੁਹਾਡੇ ਮਤਲਬ ਵਧੀਆ ਕਟਿੰਗ ਕਰੀ ਹੋਈ ਹੈ ਤਾਂ ਤੁਸੀਂ ਜਿੱਥੇ ਬੂਟ ਹੈ ਸਮਝ ਲਓ ਇਹ ਬੂਟੇ ਦੀ ਡਾਨੀ ਹੈ ਨਹੀਂ ਤੁਹਾਨੂੰ ਉਹ ਤਾਂ ਸਮਝ ਆਉਂਦਾ ਉੱਥੇ ਮਿੱਟੀ ਇੱਥੇ ਮਤਲਬ ਕਿ ਜਾਲ ਬਣਾ ਬਣਾ ਹੋਇਆ ਜਿਵੇਂ ਇਹ ਬੂਟਾ ਹੈ ਤੁਸੀਂ ਇੱਥੋਂ ਪੱਟਣੀ ਹੈ ਮਿੱਟੀ ਇੱਥੋਂ ਪੱਟਣੀ ਮਿੱਟੀ ਚਾਰੇ ਸਾਈਡਾਂ ਤੋਂ ਮਿੱਟੀ ਪੱਟਣੀ ਹੈ ਮਤਲਬ ਨਾਲੋਂ ਫੋਟੋ ਫੋਟਾ ਪਰੇ ਲਾ ਲਓ ਚਾਰੇ ਸਾਈਡਾਂ ਤੋਂ ਮਿੱਟੀ ਪੱਟ ਕੇ ਬਈ ਤੁਸੀਂ ਇੱਕ ਚੀਜ਼ ਲੈ ਕੇ ਆਣੇ ਆਪਾਂ ਸਾਰੀ ਤੋਂ ਸਹਾਗਾ ਸਹਾਗਾ ਕਹਿੰਦੇ ਉੱਤੇ ਫੋਟੋ ਲਾ ਦੂਗਾ ਮੈਂ ਸਹਾਗਾ ਲਿਆ ਕਿਉਂ ਨਾ ਬਾਈ ਤੁਸੀਂ ਨੇ 20 ਰੁਪਿਆ ਦਾ ਸਹਾਗਾ ਲਿਆਓ ਤੁਸੀਂ ਬਹੁਤ ਹੈ ਚਾਰੇ ਸਾਈਡਾਂ ਤੇ ਬਾਈ ਉਹਨੂੰ ਕੁੱਟ ਕੇ ਤੁਸੀਂ ਕਿਸੇ ਚੀਜ਼ ਨਾਲ ਕੁੱਟ ਕੇ ਚਾਰੇ ਸਾਈਡਾਂ ਦੇ ਦੱਬ ਦਿਓ ਇਹਦੇ ਜਦੋਂ ਮਤਲਬ ਕਿ ਫਲ ਚੱਕਣ ਲੱਗਦੇ ਨੇ ਉਦੋਂ ਉਦੋਂ ਪਹਿਲਾਂ ਦੱਬਣਾ ਤੁਸੀਂ ਮਹੀਨਾ ਡੇਢ ਮਹੀਨਾ ਜਾਂ 2 ਮਹੀਨੇ ਪਹਿਲਾਂ ਲਾ ਲਓ ਪਹਿਲਾਂ ਦੱਬਣਾ ਪਊਗਾ ਫੁੱਟ ਅੱਧਾ ਫੁੱਟ ਡੂੰਗਾ ਪੱਟ ਕੇ ਜਾਂ ਫੁੱਟ ਡੂੰਗਾ ਪੱਟ ਕੇ ਹਾਂ ਫੁੱਟ ਡੂੰਗਾ ਪੱਟ ਕੇ ਦੱਬਣਾ ਬਾਈ ਫੁੱਟ ਘਟੋ ਘਟ ਫੁੱਟ ਡੂੰਗਾ ਦੱਬੋ ਹਾਂ ਨਾ ਚਾਰ ਟੋਏ ਇੱਧਰ 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 ਆ ਇੱਧਰ ਚਾਰੇ ਟੋਏ ਪੱਟ ਕੇ ਉਹ ਤੁਸੀਂ ਸਹਾਗਾ ਦੱਬਣਾ ਹੈ ਹੁਣ ਜਿਵੇਂ ਫਲ ਚੱਕ ਰਖਿਆ ਬਾਈ ਹੁਣ ਤੈਨੇ ਫਲ ਜਿੰਨਾ ਚੱਕਣਾ ਸੀ ਚੱਕ ਲਿਆ ਫਲ ਜਦੋਂ ਚੱਕਣ ਦਾ ਟਾਈਮ ਹੁੰਦਾ ਉਹ ਤੋਂ ਮਹੀਨਾ ਦੋ ਮਹੀਨਾ ਪਹਿਲਾਂ ਉਦੋਂ ਤੁਸੀਂ ਇਹ ਕੰਮ ਕਰਨਾ ਫੇਰ ਤੁਹਾਡੇ ਨਿੰਬੂ ਤੇ ਐਨਾ ਫਲ ਲੱਗੂਗਾ ਵੀ ਜਾਂ ਤੁਸੀਂ ਤੋੜਦੇ ਥੱਕ ਜਾਓਗੇ ਵੀ ਫੇਰ ਮਤਲਬ ਕਿ ਫਲ ਵੀ ਨ ਝੜੂਗਾ ਤੇ ਜਿਹੜਾ ਜਿਹੜਾ ਫਲ ਲੱਗੂਗਾ ਤੇ ਬਾਕੀ ਜਿਵੇਂ ਜਿਵੇਂ ਸਾਈਜ਼ ਦਾ ਫਰਕ ਹੈ ਨਾ ਐਨਾ ਸਾਈਜ਼ ਬਣੂਗਾ ਮੇਨ ਚੀਜ਼ ਆ ਬੂਟੇ ਨੂੰ ਉਸੇ ਚੀਜ਼ ਦੀ ਲੋੜ ਪੈਂਦੀ ਹੈ ਸਹਾਗੇ ਦੀ ਉਹ ਚੀਜ਼ ਵਰਤੋ ਬਾਈ ਤੇ ਰਿਜ਼ਲਟ ਦੇਖ ਕੇ ਤੁਸੀਂ ਇਹ ਚੀਜ਼ ਦੀ ਜ਼ਿੰਮੇਵਾਰੀ ਹੈ ਠੀਕ ਹੈ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਬਈ ਪੇਜ ਨੂੰ ਫੋਲੋ ਕਰ ਲਿਓ